ਬਾਬਾ ਫਤਿਹ ਸਿੰਘ ਅੱਗੋਂ ਬੜੇ ਪਿਆਰ ਨਾਲ ਮੁਸਕਰਾ ਕੇ ਕਹਿੰਦੇ ਨੇ, ਦਾਦੀ ਮਾਂ ਤੂੰ ਦੇਖੀ ਬੁਰਜ ਤੋਂ ਖਲੋ ਕੇ, ਮੈਂ ਕਹਿੰਦਾ ਤੱਕਿਆ, ਤੂੰ ਬੁਰਜ ਤੋਂ ਖਲੋ ਕੇ ਦੇਖੀ, ਕਦੀ ਪਤੀ ਦਾ ਸੀਸ ਤੱਕਿਆ ਸੀ, ਕਦੀ ਤੂੰ ਅਨੰਦਪੁਰ ਨੂੰ ਤੱਕਿਆ, ਕਦੀ ਤੂੰ ਸਾਨੂੰ ਤੱਕੀ, ਜੇ ਕਿਤੇ ਕਚਹਿਰੀ ਬਾਹਰ ਲੱਗੀ ਤੂੰ ਠੰਡੇ ਬੁਰਜ ਤੇ ਦੇਖੀ, ਤੇਰਾ ਛੋਟਾ ਪੋਤਾ ਇਸ ਸੂਬੇ ਵਜ਼ਾਏ ਵਜ਼ੀਰ ਖਾਨ ਦਾ ਮੂੰਹ ਕਿਵੇਂ ਤੋੜਦਾ। ਰਾਤ ਸਾਰੀ ਗੁਰੂ ਦੇ ਭਾਣੇ ਵਿੱਚ, ਆਖਰ ਨੀਂਦ ਸੂਲੀ ਤੇ ਵੀ ਆ ਜਾਂਦੀ ਹੈ। ਮਾਤਾ ਗੁਜਰੀ ਜੀ ਨੇ ਇੱਕੋ ਗੱਲ ਕਹੀ ਕਿ ਪੁੱਤਰ ਇੱਕ ਕੰਮ ਕਰੋ, ਤੁਸੀਂ ਦੋਨੋਂ ਆਪਣਾ ਮੂੰਹ ਮੇਰੀ ਗੋਦ ਵਿੱਚ ਦੇ ਦਿਓ, ਚੇਤੇ ਰੱਖੋ ਸਰਦੀ ਵਿੱਚ ਜਦੋਂ ਮੂੰਹ ਨੂੰ ਨਿੱਘ ਮਿਲ ਜਾਏ ਨਾ, ਉਦੋਂ ਸਰੀਰ ਨੂੰ ਕੁਝ ਰਾਹਤ ਮਿਲਦੀ ਹੈ। ਆਪਣੀ ਗੋਦ ਵਿੱਚ ਦੋਨਾਂ ਪੋਤਿਆਂ ਦੇ ਮੂੰਹ ਨੂੰ ਲੈ ਲਿਆ ਤੇ ਆਪ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ। ਅੱਜ ਇੱਕ ਇੱਕ ਸੀਨ ਅੱਖਾਂ ਦੇ ਸਾਹਮਣੇ ਆਉਂਦਾ ਹੈ ਕਿ ਕਰਤਾਰਪੁਰ ਮੈਨੂੰ ਡੋਲੀ ਵਿੱਚ ਜਦੋਂ ਬਿਠਾ ਕੇ ਲੈ ਕੇ ਗਏ ਸਨ, ਮੇਰੇ ਸਹੁਰਾ ਮੀਰੀ ਪੀਰੀ ਦੇ ਦਾਤਾ ਜੀ ਨਾਲ ਸਨ। ਅੱਜ ਸੀਨ ਚੇਤੇ ਆਉਂਦੇ ਨੇ ਕਿ ਕਦੀ ਉਹ ਦਿਨ ਸਨ, ਬਾਬੇ ਬਕਾਲੇ ਦੀ ਧਰਤੀ ਤੇ ਅੰਦਰ ਪਤੀ ਰੱਬ ਦੀ ਯਾਦ ਵੀ ਜੁੜਿਆ ਸੀ, ਬਾਹਰ ਸੇਵਾ ਕਰਦੀ ਸਨ, ਕਦੀ ਪਟਨਾ ਸਾਹਿਬ ਦੀ ਧਰਤੀ ਤੇ ਰਹਿਮਤਾਂ ਵਰਸੀਆਂ, ਕਦੀ ਮੇਰੇ ਪੁੱਤਰ ਨਾਲ ਆਨੰਦਪੁਰ ਆਈ ਤੇ ਰਹਿਮਤਾਂ ਵਰਸੀਆਂ, ਤੇ ਅੱਜ ਉਹ ਸੀਨ ਚੇਤੇ ਆ ਗਿਆ ਜਦੋਂ ਸੀਸ ਪਤੀ ਦੇ ਨੂੰ ਕਿਹਾ ਸੀ ਕਿ ਸਾਈਆਂ ਤੇਰੀ ਨਿਭ ਗਈ, ਕਿਰਪਾ ਕਰੀ ਮੇਰੀ ਨਿਭ ਜਾਏ। ਬਸ ਉਹ ਗੱਲ ਵਾਰ ਵਾਰ ਗੂੰਜੇ, ਰਾਤ ਬੜੇ ਪਿਆਰ ਦੇ ਨਾਲ ਆਪਣੀ ਗੋਦ ਦੇ ਨਿੱਘ ਵੀ ਸੁਆਇਆ। ਸਵੇਰੇ ਅੰਮ੍ਰਿਤ ਵੇਲੇ ਠੰਡ ਵਧੀ ਕਿਉਂਕਿ ਰਾਤ ਦੇ ਪਿਛਲ ਪੈਰ ਸੀਤ ਵਧੀ। ਮਾਤ ਗੁਜਰੀ ਉੱਠੀ, ਆਵਾਜ਼ ਦਿੱਤੀ ਫਤਿਹ ਸਿੰਘ, ਅੱਖਾਂ ਮਲੀਆਂ, ਜੋਰਾਵਰ ਸਿੰਘ ਮੇਰੇ ਬੱਚਿਓ ਜਾਗੋ, ਅੰਮ੍ਰਿਤ ਵੇਲੇ ਦਾ ਸਮਾਂ ਹੋ ਗਿਆ। ਉਹ ਗੁਰੂ ਕੇ ਸਿੱਖੋ, 300 ਸਾਲ ਹੋ ਜਾਣੇ, ਇਹਨੂੰ ਸੁਣ ਕੇ ਤਾਂ ਪੱਥਰ ਵੀ ਕੁਰਲਾ ਉੱਠਣਗੇ ਸਾਡੀਆਂ ਰਗਾਂ ਵਿੱਚ, ਤੇ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਤੇ ਕਲਗੀ ਵਾਲੇ ਦਾ ਖੂਨ ਹੈ, ਅਸੀਂ ਉਹਦੇ ਨਾਦ ਤੋਂ ਪੈਦਾ ਹੋਏ ਆ। ਦੇਖੋ ਸਵੇਰੇ ਅੰਮ੍ਰਿਤ ਵੇਲੇ ਅੱਖਾਂ ਮਲ ਉੱਠੇ, ਸੀਨੇ ਨਾਲ ਮਸਤਕ ਚੁੰਮੇ ਤੇ ਚੌਂਕੜਾ ਮਾਰ ਕੇ ਸੁਚੇਤ ਕੀਤਾ, ਲਾਲ ਜੀ ਬਾਣੀ ਮੈਂ ਪੜਾਂਗੀ, ਤੁਸੀਂ ਸੁਣੋ। ਉਸ ਬੁੱਢੜੀ ਮਾਂ ਨੇ ਬਾਣੀ ਪੜ੍ਹੀ, ਦੋਨਾਂ ਪੋਤਿਆਂ ਨੇ ਸੁਣੀ। ਅਜੇ ਸੂਰਜ ਦੀ ਟਿੱਕੀ ਸ਼ਿਖਰ ਤੇ ਨਹੀਂ ਸੀ ਆਈ, ਥੋੜਾ ਜਿਹਾ ਨਿੱਘ ਮਹਿਸੂਸ ਹੋਣ ਲੱਗਾ। ਇੰਨੀ ਦੇਰ ਨੂੰ ਚਬਾਰੇ ਦੇ ਉੱਤੇ ਬੁਰਜ ਉੱਤੇ ਚਾਰ ਪੈਰਾਂ ਦੀ ਆਹਟ ਸੁਣਾਈ ਦਿੱਤੀ ਤੇ ਮਾਤਾ ਨੇ ਪਰਤ ਕੇ ਬੁਰਜ ਦੇ ਦਰਵਾਜ਼ੇ ਵੱਲ ਤੱਕਿਆ ਤੇ ਕੀ ਦੇਖਦੇ ਨੇ, ਦੋ ਸਿਪਾਹੀ ਉਹਨਾਂ ਦੇ ਲੱਕ ਨਾਲ ਕਿਰਪਾਨਾਂ ਤਲਵਾਰਾਂ ਹੱਥ ਵਿੱਚ ਨੇਜੇ ਤੇ ਦੇਖ ਕੇ ਤਿੰਨਾਂ ਨੂੰ ਮਾਤਾ ਨੇ ਦੇਖਿਆ ਹੋਣੀ ਵਾਪਰ ਲੱਗੀ ਏ। ਕਹਿਣ ਲੱਗੇ, ਮਾਂ ਅਸੀਂ ਤੇਰੇ ਪੋਤਿਆਂ ਨੂੰ ਲੈਣ ਆਏ ਹਾਂ, ਅੱਜ ਪਹਿਲਾ ਮੌਕਾ ਸੀ ਕਿ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦੋਨਾਂ ਪੋਤਿਆਂ ਨੇ ਦਾਦੀ ਤੋਂ ਕੁਝ ਸਮੇਂ ਲਈ ਵੱਖਰੇ ਹੋਣਾ ਸੀ। ਕਹਿਣ ਲੱਗੇ, ਮਾਂ ਅਸੀਂ ਤੇਰੇ ਪੋਤਿਆਂ ਨੂੰ ਲੈਣ ਆਏ ਹਾਂ। ਕਹਿਣ ਲੱਗੀ, ਵੇ ਕਾਸ ਲਈ ਸੂਬੇ ਦੀ ਕਚਹਿਰੀ ਲੱਗੀ ਏ, ਅੱਜ ਇਹਨਾਂ ਦੀ ਪੇਸ਼ੀ ਹੈ, ਮੇਰੇ ਪੋਤਿਆਂ ਨੇ ਕੋਈ ਜ਼ੁਲਮ ਨਹੀਂ ਕੀਤਾ, ਮੇਰੇ ਪੋਤਿਆਂ ਨੇ ਕੋਈ ਕਤਲ ਨਹੀਂ ਕੀਤਾ, ਮੇਰੇ ਪੋਤਿਆਂ ਨੇ ਕਿਸੇ ਦੇ ਘਰ ਨੂੰ ਲੁੱਟਿਆ ਨਹੀਂ, ਪੇਸ਼ੀ ਕਿਉਂ? ਕਹਿਣ ਲੱਗੇ, ਮਾਂ ਡੋਲ ਗਏ ਅਸੀਂ ਹਕੂਮਤ ਦੇ ਬੱਧੇ ਹੂੰ, ਪਤਾ ਨਹੀਂ ਕਿਉਂ ਬੋਲੇ ਨਹੀਂ ਅਗਾਂ ਕੁਛ। ਦੋਨੋਂ ਉੱਠੇ ਨੇ, ਜੋਰਾਵਰ ਸਿੰਘ ਤੇ ਫਤਿਹ ਸਿੰਘ ਨੇ ਮੱਥਾ ਟੇਕਿਆ, ਤੁਰ ਲੱਗਿਆ ਇੱਕੋ ਗੱਲ ਕਹੀ ਬਾਬਾ ਫਤਿਹ ਸਿੰਘ ਨੂੰ, ਪੁੱਤਰ ਜੀ ਚੇਤੇ ਰੱਖਿਓ, ਗੁਰੂ ਤੇਗ ਬਹਾਦਰ ਦੇ ਪੋਤੇ ਹੋ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ। ਦੇਖੋ ਲਾਲ ਜੀ, ਤਨ ਤੇ ਟੁਕੜੇ ਹੋ ਜਾਣ ਪਰ ਪਿਤਾ ਦੀ ਪੱਗ ਉੱਤੇ ਕੋਈ ਉਂਗਲ ਨਾ ਉਠਾ ਸਕੇ, ਬਾਪੂ ਦੀ ਪੱਗ ਨੂੰ ਦਾਗੀ ਨਾ ਹੋਣ ਦਿਓ। ਤੁਰਦਿਆਂ ਫਤਿਹ ਸਿੰਘ ਨਾ ਕੁੱਟ ਕੇ ਗਲਵੱਕੜੀ ਪਾ ਕੇ ਕਹਿੰਦੇ ਨੇ, ਮਾਂ ਤੂੰ ਸਿਦਕ ਰੱਖੀ, ਦੇਖੀ ਅਸੀਂ ਤੇਰੇ ਪੋਤੇ ਹਾਂ, ਮਰ ਤਾਂ ਜਾਵਾਂਗੇ ਪਰ ਝੁਕਾਂਗੇ ਨਹੀਂ। ਦੋਨੋਂ ਪੋਤੇ ਅੱਜ ਪਹਿਲੀ ਪੈਸ਼ੀ ਏ। ਉਧਰ ਸੂਬਾ ਸਰਹੰਦ ਬੈਠਾ, ਨਵਾਬ ਮਲੇਰ ਕੋਟਲੀ ਆਇਆ ਹੈ, ਸੁੱਚਾ ਆਨੰਦ ਬੈਠਾ, ਅੱਜ ਸਰਹੰਦ ਦੇ ਪਤਵੰਤੇ ਸੱਜਣ ਬੈਠੇ ਨੇ। ਸਾਨੂੰ ਸਭ ਨੂੰ ਪਤਾ ਹੈ ਉਹਨਾਂ ਦੇ ਸਿਦਕ ਨੂੰ ਕਦੀ ਤੱਕੋ। ਅੱਗੇ ਅੱਗੇ ਬਾਬਾ ਜੋਰਾਵਰ ਸਿੰਘ, ਪਿੱਛੇ ਪਿੱਛੇ ਬਾਬਾ ਫਤਿਹ ਸਿੰਘ। ਮਾਂ ਨੇ ਤੋਰ ਕੇ ਖਲੋ ਗਈ ਬੁਰਜ ਤੇ, ਦੇਖੀ ਗਈ ਪੋਤਿਆਂ ਦੇ ਪਿੱਠਾਂ ਨੂੰ। ਜਦੋਂ ਗਏ, ਤੁਹਾਨੂੰ ਸਭ ਨੂੰ ਪਤਾ ਵੱਡਾ ਦਰਵਾਜ਼ਾ ਬੰਦ ਸੀ, ਮੰਨਿਆ ਜਾਂਦਾ ਰਵਾਇਤ ਹੈ, ਨਿੱਕੀ ਜੀ ਖਿੜਕੀ ਖੋਲੀਏ, ਇਹਦਾ ਮਤਲਬ ਸੀ ਕਿ ਚੁੱਕਣਗੇ, ਇੱਕੋ ਦਮ ਤਾੜੀਆਂ ਮਾਰ ਕੇ ਕਹਾਂਗੇ ਕਿ ਗੁਰੂ ਗੋਬਿੰਦ ਸਿੰਘ ਕਿਰਪਾਲੂ ਦੇ ਪੁੱਤਰ ਚੁੱਕ ਗਏ।
ਜਦੋਂ ਖਿੜਕੀ ਦੇ ਕੋਲ ਆਏ ਬਾਬਾ ਜੋਰਾਵਰ ਸਿੰਘ ਖਲੋ ਗਏ। ਸਿਪਾਹੀ ਕਹਿਣ ਲੱਗੇ ਬੱਚਿਓ ਅੰਦਰ ਜਾ ਕੇ ਨਵਾਬ ਸਾਹਿਬ ਨੂੰ ਝੋਕੇ ਨਮਸਕਾਰ ਕਰਨੀ, ਸਜਦਾ ਕਰਨਾ। ਬਾਬਾ ਜੋਰਾਵਰ ਸਿੰਘ ਕਰਾਂ ਕਹਿਣ ਲੱਗੇ ਇੱਕ ਦਿਨ ਹੀ ਕੀਤਾ ਹੈ, ਪਰਤ ਕੇ ਅਸੀਂ ਸਜਦਾ ਚੁੱਕਿਆ ਹੀ ਨਹੀਂ। ਤੱਕਿਓ ਵੀ ਇੱਕ ਦਿਨ ਕੀਤਾ ਪਰਤ ਕੇ ਚੁੱਕਿਆ ਨਹੀਂ। ਕਹਿਣ ਲੱਗੇ ਗੁਰੂ ਨਾਨਕ ਦੇ ਚਰਨਾਂ ਵਿੱਚ ਇੱਕ ਵਾਰੀ ਬਾਪੂ ਨੇ ਸੀਸ ਭੇਟਾ ਕਰਾ ਦਿੱਤਾ ਹੈ, ਪਰਤ ਕੇ ਅਸੀਂ ਸਿਰ ਚੁੱਕਿਆ ਹੀ ਨਹੀਂ। ਗੁਰੂ ਨਾਨਕ ਦੇ ਚਰਨਾਂ ਵਿੱਚ ਰੱਖਿਆ ਹੋਇਆ ਸਰੀਰ ਗੁਰੂ ਨਾਨਕ ਦੇ ਚਰਨਾਂ ਵਿੱਚ ਰੱਖਿਆ ਹੋਇਆ ਸੀਸ ਕਦੀ ਕੂੜੇ ਸੂਬਿਆਂ ਦੇ ਸਾਹਮਣੇ ਝੁਕੇਗਾ ਨਹੀਂ। ਕਹਿਣ ਲੱਗਾ ਤੁਹਾਨੂੰ ਪਤਾ ਨਹੀਂ? ਕਹਿਣ ਲੱਗੇ ਸਾਨੂੰ ਸਾਰਾ ਪਤਾ ਹੈ। ਅੰਦਰ ਗਏ ਤੇ ਉਹਨਾਂ ਨੇ ਖਿੜਕੀ ਵਿੱਚੋਂ ਸਿਰ ਨਹੀਂ, ਪਹਿਲਾਂ ਆਪਣੇ ਨਿੱਕੇ ਨਿੱਕੇ ਤਿੱਲੇ ਵਾਲੇ ਜਿਹੜੇ ਜੋੜੇ ਪਾਏ ਨੇ ਚਮੜੇ ਦੇ, ਚਮਕਦੀ ਜੁੱਤੀ ਦਾ ਤਲਾ ਦਿਖਾਇਆ ਕਿ ਚੇਤੇ ਰੱਖੀ ਤੇਰੇ ਸੁੱਖ ਨੂੰ ਅਸੀਂ ਜੁੱਤੀ ਦੀ ਨੋਕ ਨਾਲ ਠਕਰਾਵਾਂਗੇ। ਸੂਬਿਆਂ ਤੂੰ ਕੀ ਸਮਝਣਾ ਗੁਰੂ ਕੇ ਪੁੱਤਰਾਂ ਦੀ ਉਮਰ ਥੋੜੀ ਹੈ, ਮੈਂ ਇਹਨਾਂ ਨੂੰ ਵਰਗ ਲਾਂਗਾ। ਪਹਿਲਾਂ ਬਾਬਾ ਜੋਰਾਵਰ ਸਿੰਘ ਅੰਦਰ ਜੋੜੇ ਕੀਤੇ, ਬਾਬਾ ਫਤਿਹ ਸਿੰਘ ਨੇ ਜੋੜੇ ਅੰਦਰ ਕੀਤੇ, ਆਪਣੇ ਪਵਿੱਤਰ ਚਰਨ ਮੁਬਾਰਕ ਚਰਨ ਅੰਦਰ ਕੀਤੇ। ਭਰੀ ਕਚਹਿਰੀ ਵਿੱਚ ਦੋਨੋਂ ਭਰਾ ਇੱਕ ਦੂਜੇ ਨੂੰ ਮੁਖਾਤਬ ਕਰਕੇ ਕਹਿਣ ਲੱਗੇ ਫਤਿਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਨਿੱਕੀ ਜੀ ਆਵਾਜ਼ ਨੇ ਕਚਹਿਰੀ ਗੁੰਜਾ ਦਿੱਤੀ, ਦੋ ਖਿਨ ਲਈ ਸਾਰੇ ਖਮੋਸ਼ ਹੋ ਗਏ। ਉੱਠਿਆ ਅੱਗੇ ਸਿਪਾਹੀ ਕਹਿਣ ਲੱਗਾ ਬੱਚਿਓ ਚੋਕੇ ਸਲਾਮ ਕਰੋ। ਬਾਬਾ ਫਤਿਹ ਸਿੰਘ ਕਹਿੰਦੇ ਕਿਹਨੂੰ ਸਲਾਮ ਕਰੀਏ? ਕਹਿਣ ਲੱਗੇ ਵਜ਼ੀਰ ਖਾਨ ਨੂੰ, ਇਹਦੇ ਅੱਗੇ ਸਾਰੇ ਝੁਕਦੇ ਨੇ। ਤੇ ਇੱਥੇ ਮੈਂ ਇੱਕ ਅਰਜ਼ ਕਰਨੀ ਚਾਹੁੰਦਾ, ਇਹਨਾਂ ਦੀਆਂ ਰਗਾਂ ਵਿੱਚ ਖੂਨ ਕਿਦਾ? ਜਦੋਂ ਕਲਗੀਧਰ 6 ਸਾਲ ਦੇ ਸਨ ਤੇ ਪਟਨਾ ਸਾਹਿਬ ਦੀ ਧਰਤੀ ਤੇ ਨਵਾਬ ਦੀ ਸਵਾਰੀ ਨਿਕਲੀ ਸੀ, ਮੈਂ ਹੁਕਮਨਾਮਾ ਇੱਕ ਅਰਜ਼ ਕਰਨ ਲੱਗਾ ਦੋ ਤੁਕਾਂ, ਤੇ ਸਾਰਿਆਂ ਨੇ ਕਿਹਾ ਨਵਾਬ ਨੂੰ ਝੋਕੇ ਮੱਥੇ ਟੇਕੋ ਸਜਦੇ ਕਰੋ। ਤੇ ਕਲਗੀ ਵਾਲੇ ਨੇ ਆਪਣੇ ਸਾਥੀਆਂ ਨੂੰ ਕਿਹਾ ਨਹੀਂ, ਜਦੋਂ ਨਵਾਬ ਨੇੜੇ ਆਇਆ ਤੇ ਇਹਦਾ ਮੌਜੂ ਉਡਾਣਾ ਹੈ, ਇਹਨੂੰ ਦੰਦੀਆਂ ਖਿਰਾਣੀਆਂ ਨੇ। ਕੋਲ ਆਏ ਤੇ ਕਲਗੀ ਵਾਲੇ ਨੇ ਦੰਦੀਆਂ ਦਿਖਾਈਆਂ ਜਾਂ ਉਹਦਾ ਮੌਜੂ ਉਡਾਇਆ, ਤੇ ਕੁਝ ਕੁ ਲੋਕਾਂ ਨੇ ਚਿੱਠੀ ਗੁਰੂ ਤੇਗ ਬਹਾਦਰ ਜੀ ਨੂੰ ਢਾਕੇ ਲਿਖੀ। ਉਦੋਂ ਅੱਗੇ ਸਾਹਿਬ ਗਏ ਨੇ ਅਸਾਮ ਦੀ ਧਰਤੀ ਤੇ, ਜਦੋਂ ਪਹੁੰਚਦੇ ਨੇ ਚਿੱਠੀ ਲਿਖੀ, ਕਹਿਣ ਲੱਗੇ ਗੋਬਿੰਦ ਨੇ ਨਵਾਬ ਦਾ ਮਜ਼ਾਕ ਉਡਾਇਆ, ਦੰਦੀਆਂ ਖਿਰਾਈਆਂ, ਤੁਸੀਂ ਘਰ ਸੁਨੇਹਾ ਭੇਜੋ ਕਿ ਨਵਾਬਾਂ ਨਾਲ ਅੜਨਾ ਚੰਗਾ ਨਹੀਂ। ਪਤਾ ਗੁਰੂ ਤੇਗ ਬਹਾਦਰ ਜੀ ਨੇ ਹੁਕਮਨਾਮਾ ਕੀ ਲਿਖਿਆ? ਹੁਕਮਨਾਮੇ ਦੇ ਬਚਨ ਸਨ ਕਿ ਪਟਨੇ ਕੀ ਸੰਗਤ ਕੋ ਗੁਰੂ ਰੱਖੇਗਾ, ਸ਼ਬਦ ਸਨ ਗੋਬਿੰਦ ਜੋ ਕੀਆ ਸੋ ਭਲਾ ਕੀਆ, ਜੋ ਮੇਰੇ ਪੁੱਤਰ ਨੇ ਕੀਤਾ ਚੰਗਾ ਕੀਤਾ। ਅਗਲੀ ਤੁਕ ਸੀ ਕਿ ਗੋਬਿੰਦ ਜੋ ਕੀਆ ਸੋ ਭਲਾ ਕੀਆ, ਸਰਕਾਰੀ ਅਹਿਲਕਾਰ ਆਏ ਸਰਹੰਦੀ ਦੇਣੀ ਪਵਾਂਦੀ ਨਹੀਂ। ਕਹਿਣ ਲੱਗੇ ਸਰਾਣੇ ਵੱਲ ਨਾ ਖਿਲਾ ਰਿਓ, ਇਹ ਗੁਰੂ ਨਾਨਕ ਦਾ ਦਰ ਕਦੀ ਨਵਾਬਾਂ ਦੀ, ਰਾਜਿਆਂ ਦੀ, ਅਮੀਰੜਿਆਂ ਦੀ ਪਰਵਾਹ ਨਹੀਂ ਕਰਦਾ, ਇਹ ਪਰਵਾਹ ਕਰਦਾ ਤੇ ਕੇਵਲ ਅਕਾਲ ਪੁਰਖ ਦੀ। ਤੱਕੋ ਇਹ ਹਕੀਕਤ ਹੈ, ਕੱਲੀ ਮਿੱਥ ਨਹੀਂ। ਉਹਨਾਂ ਕਿਹਾ ਤੁਸੀਂ ਝੁਕੋ, ਸਾਰੇ ਇਹਦੇ ਅੱਗੇ ਝੁਕਦੇ ਨੇ। ਤੇ ਅੱਗੋ ਬਾਬਾ ਫਤਿਹ ਸਿੰਘ ਹੱਸ ਕੇ ਕਹਿੰਦੇ ਨੇ ਅਸੀਂ ਝੁਕੇ ਹਾਂ ਤੇ ਰੋਜ਼ ਝੁਕਨੇ ਆ, ਕਿਹਦੇ ਅੱਗੇ? ਕਹਿਣ ਲੱਗੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਅਸੀਂ ਝੁਕੇ ਹਾਂ ਕਿਹਦੇ ਅੱਗੇ? ਕਿ ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਦੰਡੋਤ ਪੁਨ ਵੱਡਾ ਹੈ। ਉਹਨਾਂ ਕਿਹਾ ਇਹ ਰਾਜਾ ਹੈ, ਇਹ ਬਾਦਸ਼ਾਹ ਹੈ। ਤੇ ਅੱਗੋ ਹੱਸ ਕੇ ਕਹਿਣ ਲੱਗੇ ਅੱਜ ਦਾਦੀ ਮਾਂ ਨੇ ਸਵੇਰੇ ਨਿਤਨੇਮ ਸੁਣਾਇਆ, ਉਹਦੇ ਵਿੱਚ ਇੱਕ ਸਵਈਆ ਉਹਨਾਂ ਵਾਰ ਵਾਰ ਸੁਣਾਇਆ ਕਿ ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸ ਤੈ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ, ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਧਾਰੇ। ਅੱਜ ਦਾਦੀ ਨੇ ਕਿਹਾ ਸੀ ਉਹਦੇ ਅੱਗੇ ਝੁਕਿਓ, ਜਾਂ ਕਹਿ ਵਸ ਖਾਨ ਸੁਲਤਾਨ, ਜਾਂ ਕਹਿ ਵਸ ਹੈ ਸਗਲ ਜਹਾਨ, ਜਾਂ ਕਾ ਕੀਆ ਸਭ ਕੁਛ ਹੋਏ ਤਿਸ ਤੇ ਬਾਹਰ ਨਾਹੀਂ ਕੋਏ, ਅਸੀਂ ਉਹਦੇ ਅੱਗੇ ਝੁਕਨੇ ਆ, ਕੋਈ ਖਾਰ ਸਮਾਨ ਨਹੀਂ ਰਾਜਾ। ਆਪ ਕਰਕੇ ਨਿੱਕੀ ਜੀ ਬਾਹ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਜਦੋਂ ਇੰਨੇ ਸ਼ਬਦ ਕਹਿ ਖਮੋਸ਼ ਹੋ ਗਈ ਕਚਹਿਰੀ। ਅੱਗੋ ਵਜ਼ੀਰ ਖਾਨ ਇਹ ਬੋਲਿਆ, ਕਹਿਣ ਲੱਗਾ ਬੱਚਿਓ ਕਿ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਤੁਹਾਡੇ ਦੋ ਵੱਡੇ ਭਰਾ ਅਜੀਤ ਤੇ ਜੁਝਾਰ ਨੂੰ ਚਮਕੌਰ ਦੀ ਗੜੀ ਵਿੱਚ ਸ਼ਹੀਦ ਕਰ ਦਿੱਤਾ ਜਾਂ ਮੌਤ ਦੇ ਘਾਟ ਉਤਾਰਿਆ। ਬਾਬਾ ਜੋਰਾਵਰ ਸਿੰਘ ਬੋਲੇ, ਕਹਿਣ ਲੱਗੇ ਸਵਾਲ ਹੀ ਨਹੀਂ ਪੈਦਾ ਹੁੰਦਾ, ਤੂੰ ਸਾਡੇ ਪਿਤਾ ਦਾ ਮੁਕਾਬਲਾ ਕਰ ਲੈ,
ਕੌਣ ਜੰਮਿਆ ਤੂੰ ਸਾਡੇ ਪਿਤਾ ਨੂੰ ਰੋਕ ਕੇ ਖਤਮ ਕਰਨ ਵਾਲਾ।